ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਤੁਸੀਂ ਸਾਰੇ ਜਾਣਦੇ ਹੋ ਵੀ ਭਗਵਾਨ ਸਿੰਘ ਮਾਨ ਦੇ ਘਰ ਇੱਕ ਬੇਟੀ ਨੇ ਜਨਮ ਲਿਆ ਹੈ ਬੜੀ ਵਧੀਆ ਗੱਲ ਹੈ ਬੜੀ ਅੱਛੀ ਬਾਤ ਹੈ ਤੇ ਸਾਰਿਆਂ ਨੂੰ ਇਸ ਚੀਜ਼ ਦਾ ਬਿਲਕੁਲ ਜਿਹੜਾ ਹੈ ਸਾਨੂੰ ਖੇੜੇ ਮੱਥੇ ਇਸ ਚੀਜ਼ ਨੂੰ ਪਰਵਾਣ ਕਰਨਾ ਚਾਹੀਦਾ ਹੈ ਅਸੀਂ ਖੇੜੇ ਮੱਥੇ ਪਰਵਾਣ ਕਰੀਏ ਜੇ ਔਰ ਸਾਨੂੰ ਖੁਸ਼ੀ ਹੋਵੇ ਸੋ ਮੈਂ ਬੇਨਤੀਆਂ ਕਰਨੀਆਂ ਚਾਹੁੰਨਾ ਵੀ ਮਾਤਾ ਚਰਨ ਕੌਰ ਨੇ ਲਾਈਵ ਆ ਕੇ ਕੀ ਕਿਹਾ ਦੇਖੋ ਜਦੋਂ ਬੰਦੇ ਦਾ ਮਨ ਦੁਖੀ ਹੋਵੇ ਨਾ ਉਦੋਂ ਉਹ ਬਹੁਤ ਸਾਰੀਆਂ ਚੀਜ਼ਾਂ ਬੋਲਦਾ ਹੈ ਬਹੁਤ ਸਾਰੀਆਂ ਚੀਜ਼ਾਂ ਦੇਖਦਾ ਤੇ ਮਾਤਾ ਚਰਨ ਕੌਰ ਨੇ ਇੱਕੋ ਗੱਲ ਕਹੀ ਕਿ ਸਾਡੇ ਪੁੱਤਰ ਦੇ ਜਨਮ ਤੇ ਤੁਸੀਂ ਸਾਨੂੰ ਜ਼ਲੀਲ ਕੀਤਾ ਤੁਸੀਂ ਉਹਦੇ ਸਬੂਤ ਮੰਗੇ ਲੀਗਲੀ ਸਬੂਤ ਮੰਗੇ ਤੇ ਅੱਜ ਤੁਸੀਂ ਆਪਣੀ ਬੇਟੀ ਦੇ ਲੀਗਲ ਸਬੂਤ ਦਿਖਾਓ ਜੇ ਤੁਹਾਡੇ ਤੋਂ ਕੋਈ ਮੰਗੇ ਤੇ ਤੁਹਾਨੂੰ ਕਿੱਦਾਂ ਦਾ ਫੀਲ ਹੋਏਗਾ ਜੇ ਅਸੀਂ ਪਾਵਰ 'ਚ ਹੁੰਦੇ ਨਾ ਸਾਡੇ ਨਾਲ ਕੁਝ ਵੀ ਹੋਇਆ ਹੁੰਦਾ ਅਸੀਂ ਤੁਹਾਨੂੰ ਇਦਾਂ ਜ਼ਲੀਲ ਨਹੀਂ ਸੀ ਕਰਨਾ ਮਾਤਾ ਨੇ ਇਹ ਗੱਲ ਕਹਿ ਦਿੱਤੀ ਸੋ ਕਈ ਲੋਕਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਚੇਤੇ ਆ ਗਿਆ ਕਹਿੰਦੇ ਇਹ ਗੱਲ ਨਹੀਂ ਸੀ ਕਰਨੀ ਚਾਹੀਦੀ ਜੀ ਐ ਨਹੀਂ ਹੋਣਾ ਚਾਹੀਦਾ ਸੀ ਮੈਂ ਬੇਨਤੀ ਕਰਾਂ ਵੀ ਬੰਦਾ ਦੁਖੀ ਹੋਵੇ ਤੇ ਬਹੁਤ ਕੁਝ ਬੋਲਦਾ ਹੈ ਬੰਦਾ ਦੁਖੀ ਹੋਵੇ ਤੇ ਬਹੁਤ ਸਾਰੀਆਂ ਚੀਜ਼ਾਂ ਕਰਦਾ ਸੋ ਪਿਆਰਿਓ ਇਹ ਇਹ ਬਹੁਤ ਘੱਟ ਲੋਕ ਜਾਣਦੇ ਨੇ ਬਹੁਤ ਘੱਟ ਲੋਕ ਜਾਣਦੇ ਨੇ ਇਸਤੇ ਬਾਰੇ ਸੋ ਜੋ ਮਾਤਾ ਨੇ ਕਿਹਾ ਮੈਂ ਉਸ ਦੇ ਨਾਲ ਬਿਲਕੁਲ ਸਹਿਮਤ ਆ ਜੀ ਉਸ ਚੀਜ਼ ਦੇ ਨਾਲ ਮੈਂ ਬਿਲਕੁਲ ਐਗਰੀ ਆ ਮੈਂ ਸਮਝਦਾ ਕਿ ਜੋ ਮਾਤਾ ਨੇ ਕਿਹਾ ਉਹ ਬਿਲਕੁਲ ਸਹੀ ਕਿਹਾ ਦੇਖੋ ਇਹ ਕੋਈ ਟੌਂਟ ਬਾਜੀ ਨਹੀਂ ਹੈਗੀ ਜੇ ਅਸੀਂ ਕਈ ਸਾਡੇ ਲੋਕ ਕਹਿੰਦੇ ਆ ਜੀ ਇਹ ਟੌਂਟ ਹੈ ਜੀ ਇਹ ਆਏ ਆ ਜੀ ਇਹ ਟੌਂਟ ਨਹੀਂ ਹੈਗੀ ਇਹ ਟੌਂਟ ਆਪਾਂ ਇਹਨੂੰ ਨਹੀਂ ਕਹਿ ਸਕਦੇ ਅਸੀਂ ਕਹਈਏ ਵੀ ਇਹ ਟੌਂਟ ਹੈ ਅਸੀਂ ਇਹਨੂੰ ਟੌਂਟ ਵਾਰੀ ਚ ਨਹੀਂ ਗਿਣ ਸਕਦੇ ਜਿਵੇਂ ਕਈ ਵੀ ਇਹ ਟੌਂਟ ਕਰ ਦਿੱਤੀ ਇਹ ਟੌਂਟ ਨਹੀਂ ਹੈਗੀ ਕਈ ਲੋਕਾਂ ਨੂੰ ਭੁਲੇਖਾ ਹੈ ਕਈ ਸਾਡੇ ਲੋਕ ਐਵੇਂ ਜਿਆਦਾ ਇਸ ਚੀਜ਼ ਨੂੰ ਵਧਾ ਚੜਾ ਕੇ ਪੇਸ਼ ਕਰ ਰਹੇ ਆ ਵੀ ਐਂ ਕਹਤਾ ਜੀ ਇਹ ਕਹਤਾ ਜੀ ਇਹ ਇਹੋ ਜੀ ਕੋਈ ਗੱਲ ਨਹੀਂ ਹੈਗੀ ਸੋ ਇਨ੍ਹਾਂ ਚੀਜ਼ਾਂ ਤੋਂ ਬਚੋ ਜਿੰਨਾ ਬਚ ਹੁੰਦਾ ਸੋ ਇਨ੍ਹਾਂ ਚੀਜ਼ਾਂ ਤੋਂ ਅਸੀਂ ਬਾਹਰ ਨਿਕਲੀਏ ਇਹਨਾਂ ਚੀਜ਼ਾਂ ਚੋਂ ਅਸੀਂ ਆਪਣੇ ਆਪ ਨੂੰ ਆਜ਼ਾਦ ਕਰੀਏ ਜਿੰਨਾ ਹੋ ਸਕਦਾ ਹੈ ਆਜ਼ਾਦ ਕਰੀਏ ਅਸੀਂ ਸੋ ਮੈਂ ਇੱਥੇ ਬੇਨਤੀਆਂ ਤਾਂ ਕਰਕੇ ਕਰ ਰਿਹਾ ਕਿਉਂਕਿ ਸਾਨੂੰ ਕਈ ਲੋਕ ਜਿਹੜੇ ਨੇ ਗਲਤ ਫਹਮੀਆਂ ਪਾ ਕੇ ਬਹੁਤ ਸਾਰੀਆਂ ਚੀਜ਼ਾਂ ਸਾਡੇ ਵਿੱਚ ਕ੍ਰੀਏਟ ਕਰ ਦਿੰਦੇ ਨੇ ਬਹੁਤ ਸਾਰੀਆਂ ਚੀਜ਼ਾਂ ਕ੍ਰੀਏਟ ਕਰ ਦਿੰਦੇ ਨੇ ਸੋ ਇਨਾਂ ਚੀਜ਼ਾਂ ਦੇ ਵਿੱਚੋਂ ਅਸੀਂ ਆਜ਼ਾਦ ਹੋਈਏ ਸਾਨੂੰ ਆਜ਼ਾਦ ਹੋਣ ਦੀ ਲੋੜ ਹੈ ਜੇ ਅਸੀਂ ਆਜ਼ਾਦ ਹੋਵਾਂਗੇ ਤਾਂ ਕਿਤੇ ਜਾ ਕੇ ਗੱਲ ਬਣੇਗੀ ਮਾਤਾ ਨੇ ਜੋ ਕਿਹਾ ਉਹਨਾਂ ਦੇ ਮਨ ਦੀ ਭਾਵਨਾ ਸੋ ਠੀਕ ਹੈ ਪੰਜਾਬ ਸਰਕਾਰ ਨੇ ਵੀ ਪਹਿਲਾਂ ਬਹੁਤ ਸਾਰੇ ਸਬੂਤ ਮੰਗੇ ਚਲੋ ਇਹਨਾਂ ਨੇ ਭਾਵੇਂ ਕੇਂਦਰ ਤੇ ਗੱਲ ਛੜਤੀ ਮੈਂ ਨਹੀਂ ਕਹਿੰਦਾ ਵੀ ਇਹ ਜਾਇਜ਼ ਸੀ ਜਾਂ ਨਾਜਾਇਜ਼ ਸੀ ਜੋ ਮਾਤਾ ਨੇ ਕਿਹਾ ਮੈਂ ਉਹਦੇ ਨਾਲ ਐਗਰੀਆ ਤੇ ਬੰਦੇ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਵੀ ਉਹਨਾਂ ਦਾ ਪੁੱਤਰ ਮਰਿਆ ਤੇ ਅੱਜ ਜੇ ਉਹਨਾਂ ਦੇ ਘਰ ਪੁੱਤਰ ਨੇ ਜਨਮ ਲਿਆ ਤੇ ਅਸੀਂ ਉਹਨਾਂ ਨੂੰ ਇਦਾਂ ਪਰੇਸ਼ਾਨ ਕਰੀਏ ਤੰਗ ਕਰੀਏ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਜੇ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰਦਾ ਫਿਰ ਉਹਦਾ ਛੱਡ ਦਿਓ ਆਪਦੀ ਸੱਤਾ ਛੱਡ ਦਿਓ ਤੇ ਲੋਕਾਂ ਵੱਨੀਆਂ ਝੂਠੇ ਨਾ ਪਾਓ ਕਿਉਂਕਿ ਜੇ ਜਨਤਾ ਦੇ ਵਿੱਚ ਅਸੀਂ ਵਿਚਰਨ ਹੈ ਤੇ ਕਲੰਕਤ ਹੋ ਕੇ ਨਹੀਂ ਅਸੀਂ ਵਿਚਰ ਸਕਦੇ ਇਹ ਗੱਲ ਯਾਦ ਰੱਖੋ ਵੀ ਸੰਗਤ ਦਾ ਮੀਣਾ ਜਿਹੜਾ ਪੰਥ ਦਾ ਮੇਣਾ ਇਹ ਉਮਰਾਂ ਤੱਕ ਨਹੀਂ ਲੈਂਦਾ ਇਹ ਸਦੀਆਂ ਤੱਕ ਨਹੀਂ ਲੈਂਦਾ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਇਹਨਾਂ ਚੀਜ਼ਾਂ ਦੇ ਵਿੱਚੋਂ ਅਸੀਂ ਆਜ਼ਾਦ ਹੋਈਏ ਬਾਹਰ ਨਿਕਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ